प्यारे बच्चों आज हम सी क्लास 6वीं दा पाठ 6 ज्ञान ਅਤੇ ਲਾਟ ਦਾ ਪਾਰਟ 1 ਇਸ ਵੀਡੀਓ ਵਿੱਚ ਕਰਨ ਜਾ ਰਹੇ ਆਂ ਅੱਜ ਅਸੀਂ ਚੈਪਟਰ ਨੂੰ ਪੜਾਂਗੇ ਅਤੇ ਸਮਝਾਂਗੇ ਆਓ ਆਪਾਂ ਸ਼ੁਰੂ ਕਰੀਏ ਹਾਂਜੀ ਜਿਹੜਾ ਆਪਣਾ ਅਧਿਆਇ 6 ਹੈ ਜਲਨ ਅਤੇ ਲਾਟ ਇਸ ਦੇ ਵਿੱਚ ਬੱਚਿਓ ਇਹ ਆਂਦਾ ਹੈ ਵੀ ਅਸੀਂ ਘਰਾਂ ਵਿੱਚ ਉਦਯੋਗਾਂ ਵਿੱਚ ਅਤੇ ਬਾਨਾਂ ਵਿੱਚ ਕੁਝ ਨਾ ਕੁਝ ਬਾਲਣਾਂ ਦੀ ਜਿਹੜੀ ਵਰਤੋਂ ਜ਼ਰੂਰ ਕਰਦੇ ਆਂ ਉਪਾਲਨ ਕਿਹੜੇ ਹੋ ਸਕਦੇ ਨੇ ਇਹ ਬਾਲਣ ਹੋ ਸਕਦੇ ਨੇ ਸਾਡੇ ਕੋਲੇ ਗੋਬਰ ਕੋਲਾ ਲੱਕੜੀ ਦਾ ਕੋਲਾ ਪੈਟਰੋਲ ਡੀਜ਼ਲ ਨੇ ਪੀੜਿਤ ਪ੍ਰਕਿਰਤੀ ਗਿਆ ਜਿਸ ਨੂੰ ਅਸੀਂ ਸੀਐਨਜੀ ਆਖਦੇ ਹਾਂ ਹਾਂਜੀ ਬੱਚਿਓ ਅੱਗੇ ਆਂਦੇ ਜਲਨ ਕੀ ਹੈ ਬੱਚਿਓ ਤੁਸੀਂ 7ਵੀਂ ਕਲਾਸ ਦੇ ਵਿੱਚ ਪੜਿਆ ਸੀ ਵੀ ਜਦੋਂ ਮੈਗਨੀਸ਼ੀਅਮ ਦੀ ਜਲਨ ਦੀ ਕਿਰਿਆ ਹੁੰਦੀ ਆ ਤਾਂ ਮੈਗਨੀਸ਼ੀਅਮ ਜਿਹੜਾ ਬਲਕੇ ਮੈਗਨੀਸ਼ੀਅਮ ਆਕਸਾਈਡ ਬਣਾਉਂਦਾ ਹੈ ਅਤੇ ਜਿਸ ਨਾਲ ਗਰਮੀ ਅਤੇ ਪ੍ਰਕਾਸ਼ ਇਹ ਜਿਹੜਾ ਪੈਦਾ ਹੁੰਦਾ ਹੈ ਰਸੈਨੀ ਕਿਰਿਆ ਵਿੱਚ ਜਿਸ ਵਿੱਚ ਪਦਾਰਥ ਆਕਸੀਜਨ ਨਾਲ ਪ੍ਰਤੀਕਿਰਿਆ ਕਰਕੇ ਗਰਮੀ ਦਿੰਦਾ ਹੈ ਉਹ ਕੀ ਹੁੰਦਾ ਹੈ ਜਲਨ ਅਖਵਾਉਂਦਾ ਹੈ ਜਿਹੜਾ ਪਦਾਰਥ ਬਲਦਾ ਹੈ ਉਹ ਜਲਨਸ਼ੀਲ ਪਦਾਰਥ ਹੁੰਦਾ ਇਸ ਨੂੰ ਅਸੀਂ ਬਾਲਣ ਵੀ ਕਹਿੰਦੇ ਆ ਬਾਲਣ ਨੇ ਜਿਹੜੇ ਤਿੰਨ ਰੂਪ ਚ ਹੋ ਸਕਦੇ ਨੇ ਕਿਹੜੇ ਕਿਹੜੇ ਠੋਸ ਹੋ ਸਕਦੇ ਨੇ ਦਰਬ ਹੋ ਸਕਦੇ ਨੇ ਅਤੇ ਗੈਸ ਅਵਸਥਾ ਵਿੱਚ ਨੇ ਜਿਹੜੇ ਹੋ ਸਕਦੇ ਨੇ ਇਹ ਵਿੱਚ ਬਹੁਤ ਹੀ ਇੰਪੋਰਟੈਂਟ ਪੈਰਾ ਹੈ ਜਦੋਂ ਤੁਸੀਂ ਆਪਣੀ ਕਿਤਾਬ ਪੜ੍ਹੋਗੇ ਇਸ ਪੈਰੇ ਨੂੰ ਤੁਸੀਂ ਅੰਡਰਲਾਈਨ ਹੈ ਜਿਹੜਾ ਜ਼ਰੂਰ ਕਰ ਲੈਣਾ ਜੇ ਹੋ ਸਕੇ ਆਪਣੀ ਕਾਪੀ ਦੇ ਉੱਪਰ ਵੀ ਇਸ ਨੂੰ ਨੋਟ ਹੈ ਜਿਹੜਾ ਕਰ ਲੈਣਾ ਹਾਂਜੀ ਬੱਚਿਓ ਅੱਗੇ ਆਂਦਾ ਹੈ ਵੀ ਜਲਨਸ਼ੀਲ ਔਰ ਨਾ ਜਲਨਸ਼ੀਲ ਪਦਾਰਥ ਕਿਹੜੇ-ਕਿਹੜੇ ਹੁੰਦੇ ਨੇ ਜਿਵੇਂ ਕਿ ਲੱਕੜੀ ਹੈ ਲੱਕੜੀ ਕੀ ਹੈ ਜਲਨਸ਼ੀਲ ਪਦਾਰਥ ਹੈ ਕਾਗਜ਼ ਕੀ ਹੈ ਇਹ ਵੀ ਜਲਨਸ਼ੀਲ ਪਦਾਰਥ ਹੈ ਲੋਹੇ ਦਾ ਕਿੱਲ ਇਹ ਨਾ ਜਲਨਸ਼ੀਲ ਪਦਾਰਥ ਹੈ ਅੱਗੇ ਮਿੱਟੀ ਦਾ ਤੇਲ ਜਲਨਸ਼ੀਲ ਹੈ ਪੱਥਰ ਦੇ ਟੁਕੜਾ ਨਾ ਜਲਣਸ਼ੀਲ ਸਟਰਾ ਜਲਣਸ਼ੀਲ ਲੱਕੜੀ ਦਾ ਕੋਲਾ ਜਲਣਸ਼ੀਲ ਮਾਚਿਸ ਦੀਆਂ ਤਿੱਲੀਆਂ ਜਲਣਸ਼ੀਲ ਕੰਚਾ ਨਾ ਜਲਣਸ਼ੀਲ ਹਾਂਜੀ ਬੱਚਿਓ ਇੱਕ ਸਾਡੇ ਕੋਲੇ ਕਿਰਿਆ ਆਂਦੀ ਹੈ ਇਹ ਕਿਰਿਆ ਹੈ 6.2 ਕਿਰਿਆ ਕਿਹੜੀ ਹੈ 6.2 ਇਸ ਵਿੱਚ ਬੱਚਿਓ ਦੇਖਿਆ ਦੇਖੋ ਧਿਆਨ ਨਾਲ ਇੱਥੇ ਇੱਕ ਮੋਮਬਤੀ ਹੈ ਇਹ ਮੋਮਬਤੀ ਦੇ ਉੱਪਰ ਇੱਕ ਕੰਚ ਦਾ ਜਾਰ ਰੱਖਿਆ ਹੋਇਆ ਹੈ ਔਰ ਇਸ ਦੇ نیچے ਇਹ ਲੱਕੜ ਦੇ ਦੋ ਗੁਟਕੇ ਨੇ ਜਿਹੜੇ ਰੱਖੇ ਗਏ ਨੇ ਤਾਂ ਕਿ ਇੱਥੇ ਹੇਠੋਂ ਦੀ ਹਵਾ ਜਿਹੜੀ ਕ੍ਰੋਸ ਹੁੰਦੀ ਰਹੇ ਜਦੋਂ ਹੇਠੋਂ ਦੀ ਹਵਾ ਕ੍ਰੋਸ ਕਰੇਗੀ ਹੇਠੋਂ ਦੀ ਹਵਾ ਕ੍ਰੋਸ ਕਰੇਗੀ ਤਾਂ ਸਾਡੀ ਮੋਮਬਤੀ ਜਿਹੜੀ ਇਹ ਜਲਦੀ ਰਹੇਗੀ ਜਦੋਂ ਅਸੀਂ ਲੱਕੜੀ ਦੇ ਟੁਕੜੇ ਇੱਥੋਂ ਕੱਢ ਦਾਂਗੇ ਤਾਂ ਇਹ ਜਿਹੜੀ ਲਾਟ ਹੈ ਇਹ ਕੰਮਨੀ ਸ਼ੁਰੂ ਹੋ ਜਾਏਗੀ ਔਰ ਜਦੋਂ ਇਸ ਨੂੰ ਚੰਗੀ ਤਰ੍ਹਾਂ ਪੂਰਨ ਤੌਰ ਤੇ ਹਵਾ ਨਹੀਂ ਮਿਲੇਗੀ ਤਾਂ ਐਂਡ ਤੇ ਇਹ ਮੋਮਬਤੀ ਸਾਡੀ ਕੀ ਹੋ ਜਾਏਗੀ ਬੁਝੇਗੀ ਇਹ ਸਾਡੀ ਕਿਰਿਆ ਹੈ ਬੱਚੇ ਤੁਸੀਂ ਘਰੇ ਵੀ ਇਹ ਜਿਹੜੀ ਕਰ ਸਕਦੇ ਹੋ ਦੇਖੋ ਪਹਿਲੀ ਵਿੱਚ ਕੀ ਪਹਿਲੀ ਸ਼ਕਲ ਵਿੱਚ ਕੀ ਸੀਗਾ ਮੋਮਬਤੀ ਸਤੰਤਰੂ ਵਿੱਚ ਅਡੋਲ ਵੱਲਦੀ ਰਹਿੰਦੀ ਹੈ ਜਦੋਂ ਹਵਾ ਚਿਮਨੀ ਵਿੱਚੋਂ ਹੇਠੋਂ ਦਾਖਲ ਹੋ ਸਕਦੀ ਹੈ ਬੀ ਵਿੱਚ ਕੀ ਸੀ ਜਦੋਂ ਹਵਾ ਚਿਮਨੀ ਵਿੱਚੋਂ ਹੇਠੋਂ ਦਾਖਲ ਨਹੀਂ ਕਰ ਸਕਦੀ ਤਾਂ ਲਾਟ ਕੰਬਣ ਲੱਗਦੀ ਹੈ ਅਤੇ ਧੂੰਆਂ ਪੈਦਾ ਕਰਦੀ ਹੈ ਤੀਜੀ ਸ਼ਕਲ ਵਿੱਚ ਸਿ ਬੱਚਿਓ ਲਾਟ ਬੁਝ ਜਾਂਦੀ ਹੈ ਕਿਉਂਕਿ ਉਸ ਨੂੰ ਹਵਾ ਨਹੀਂ ਮਿਲਦੀ ਇੱਥੋਂ ਕੀ ਪਤਾ ਲੱਗਦਾ ਹੈ ਵੀ ਜਲਣ ਦੇ ਲਈ ਜਾਂ ਬਲਣ ਦੇ ਰੇਕਿਸ ਦੀ ਲੋੜ ਹੈ ਹਵਾ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਹਾਂਜੀ ਬੱਚਿਓ ਹੁਣ ਹਵਾ ਦੀ ਜ਼ਰੂਰਤ ਅਸੀਂ ਕਿਵੇਂ ਮਹਿਸੂਸ ਕਰ ਸਕਦੇ ਆ ਦੇਖੋ ਜਦੋਂ ਕਿਸੇ ਵਿਅਕਤੀ ਨੂੰ ਅਗ ਲੱਗ ਜਾਂਦੀ ਹੈ ਤਾਂ ਉਸ ਨੂੰ ਫਟਾਫਟ ਕੰਬਲ ਦੇ ਨਾਲ ਲੈ ਜਿਹੜਾ ਲਪੇਟਿਆ ਜਾਂਦਾ ਕਿਉਂ ਲਪੇਟਿਆ ਜਾਂਦਾ ਤਾਂ ਕਿ ਉਸ ਦਾ ਹਵਾ ਨਾਲੋਂ ਸੰਪਰਕ ਜਿਹੜਾ ਟੁੱਟ ਜਾਵੇ ਇੱਕ ਵੱਚੂ ਆਂਦਾ ਹੈ ਜਿਹੜਾ ਸਾਡਾ ਸੂਰਜ ਹੈ ਏ ਆਪਣੀ ਗਰਮੀ ਅਤੇ ਪ੍ਰਕਾਸ਼ ਜਿਹੜਾ ਖੁਦ ਪੈਦਾ ਕਰਦਾ ਹੈ ਹੁਣ ਕਹਿੰਦਾ ਸੂਰਜ ਵਿੱਚ ਕਿਸ ਤਰ੍ਹਾਂ ਦਾ ਜਲਨ ਹੁੰਦਾ ਹੈ ਸੂਰਜ ਵਿੱਚ ਜਿਹੜੀ ਊਰਜਾ ਅਤੇ ਪ੍ਰਕਾਸ਼ ਪੈਦਾ ਹੁੰਦਾ ਹੈ ਉਹ ਨਿਊਕਲੀਅਰ ਪ੍ਰਤੀਕ੍ਰਿਆਵਾਂ ਦੁਆਰਾ ਪੈਦਾ ਹੁੰਦੀ ਹੈ ਹਾਂਜੀ ਬੱਚਿਓ ਅੱਗੇ ਆਂਦਾ ਏਕ ਗੱਲ ਇਹ ਜਿਹੜੀ ਸਾਨੂੰ ਅਨੁਭਵ ਆਪ ਦੇ ਦੇਖਣੇ ਚਾਹੀਦੇ ਨੇ ਉਹ ਕਿਹੜੇ-ਕਿਹੜੇ ਨੇ ਕੀ ਇੱਕ ਮਾਚਿਸ ਦੀ ਤੇਲੀ ਆਪਣੇ ਆਪ ਵੱਲ ਪੈਂਦੀ ਹੈ ਇਹ ਕਿਸ ਤਰ੍ਹਾਂ ਜਿਹੜੀ ਜਲਾਈ ਜਾਂਦੀ ਦੂਸਰਾ ਬੱਚਿਓ ਆਂਦਾ ਹੈ ਤਾਂ ਨੂੰ ਕਾਗਜ਼ ਦੇ ਟੁਕੜੇ ਨੂੰ ਜਲਾਉਣ ਦਾ ਅਨੁਭਵ ਜ਼ਰੂਰ ਹੋਵੇਗਾ ਜਦੋਂ ਬਲਦੀ ਹੋਈ ਮਾਚਿਸ ਦੀ ਤੇਲੀ ਇਸ ਦੇ ਕੋਲ ਲਿਆਉਂਦੇ ਹਾਂ ਤਾਂ ਕੀ ਇਹ ਬਲ ਪੈਂਦਾ ਹੈ ਤੀਸਰਾ ਕੀ ਤੁਸੀਂ ਲੱਕੜੀ ਦੇ ਇੱਕ ਟੁਕੜੇ ਨੂੰ ਬਲਦੀ ਹੋਈ ਮਾਚਿਸ ਦੀ ਤੇਲੀ ਉਸ ਦੇ ਕੋਲ ਲਿਆ ਕੇ ਜਲਾ ਸਕਦੇ ਹੋ ਚੌਥਾ ਲੱਕੜੀ ਦੇ ਕੋਲੇ ਨੂੰ ਜਲਾਉਣ ਦੇ ਲਈ ਤੁਹਾਨੂੰ ਕਾਗਜ਼ ਜਾਂ ਮੁੱਟੀ ਦੀ ਤੇਲ ਦੀ ਵਰਤੋਂ ਕਿਉਂ ਕਰਨੀ ਪੈਂਦੀ ਹੈ ਇਹ ਸੋਚਣ ਵਾਲੀ ਗੱਲ ਹੈ ਹੁਣ ਦੇਖੋ ਬੱਚਿਓ ਇਸ ਦਾ ਗੇ ਆਪਣੇ ਕੋਲੇ ਜਵਾਬ ਦਿੱਤਾ ਹੋਇਆ ਹੈ ਕੀ ਹੈ ਵੀ ਵੱਖ-ਵੱਖ ਜਿਹੜੇ ਪਦਾਰਥ ਹੁੰਦੇ ਨੇ ਇਹਨਾਂ ਦਾ ਤਾਪਮਾਨ ਵੀ ਵੱਖ-ਵੱਖ ਹੁੰਦਾ ਹੈ ਜਿਸ ਤੇ ਇਹ ਅੱਗ ਨੇ ਜਿਹੜੇ ਫੜਦੇ ਨੇ ਇਹ ਪੈਰਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਇਸ ਨੂੰ ਤੁਸੀਂ ਅੰਡਰਲਾਈਨ ਕਰ ਲੈਣਾ ਕੀ ਹੈ ਉਹ ਘੱਟੋ-ਘੱਟ ਤਾਪਮਾਨ ਉਹ ਘਟੋਕਟ ਤਾਪਮਾਨ ਜਿਸ ਤੇ ਕੋਈ ਪਦਾਰਥ ਬਲਣ ਲੱਗਦਾ ਹੈ ਉਸ ਨੂੰ ਕੀ ਕਹੇ ਜਾਂਦਾ ਹੈ ਉਸ ਦਾ ਜਲਨ ਤਾਪਮਾਨ ਆਖਦੇ ਹਾਂ ਕੀ ਬੋਲਦੇ ਨੇ ਜਲਨਤਾ ਮਨ ਅੱਖਦੇ ਹਨ ਹਾਂਜੀ ਹੁਣ ਇੱਥੇ ਆਪਣੇ ਕੋਲ ਇੱਕ ਮਾਚੀਸ ਦਾ ਇਤਿਹਾਸ ਦੱਸਿਆ ਹੋਇਆ ਹੈ ਇਸ ਦੇ ਵਿੱਚ ਕੀ ਜਾਂਦਾ ਵੀ ਕਹਿੰਦਾ 5000 ਤੋਂ ਬਧੇਰੇ ਸਾਲ ਪਹਿਲਾਂ ਮਿਸਰ ਵਿੱਚ ਗੰਦਕ ਵਿੱਚ ਡੁੱਬੋ ਕੇ ਛੀਲੀ ਲੱਕੜੀ ਦੇ ਛੋਟੇ ਟੁਕੜੇ ਮਾਚੀਸ ਵਾਂਗ ਨੇ ਜਿਹੜੇ ਵਰਤੇ ਜਾਂਦੇ ਸਨ ਆਧੁਨਿਕ ਸੁਰੱਖਿਆ ਮਾਚੀਸ ਦਾ ਵਿਕਾਸ ਲਗਭਗ 200 ਸਾਲ ਪਹਿਲਾਂ ਹੋਇਆ ਸੀ ਜਿਹੜੀ ਆਪਾਂ ਮਾਚੀਸ ਹੁਣ ਵਰਤਦੇ ਆ ਇਸ ਦਾ ਵਿਕਾਸ ਕਦੋਂ ਹੋਇਆ ਸੀ 200 ਸਾਲ ਪਹਿਲਾਂ ਕਹਿੰਦਾ ਐਂਟੀਮਨੀ ਟਰਾਈਸਲਫਾਈਡ ਅਤੇ ਪੋਟਾਸ਼ੀਅਮ ਕਲੋਰੇਟ ਅਤੇ ਸਫੇਦ ਫਾਸਫੋਰਸ ਦਾ ਮਿਸ਼ਰਣ ਕੁਝ ਗੂੰਦ ਅਤੇ ਸਟਾਰਚ ਨਾਲ ਮਿਲਾ ਕੇ ਟੁਕਵੀਂ ਲਿਕਵਿਡ ਤੋਂ ਬਣੀ ਮਾਚਿਸ ਦੀ ਤੇਲੀ ਦੇ ਸਿਰਿਆਂ ਉੱਤੇ ਲਾਇਆ ਜਾਂਦਾ ਸੀ ਇਹ ਵਾਲੇ ਰਸਾਇਣ ਜਿਹੜੇ ਇਸ ਤੇ ਵਰਤੇ ਜਾਂਦੇ ਸੀ ਅੱਗੇ ਜਦੋਂ ਇਸ ਨੂੰ ਕਿਸੇ ਖੁਰਦਰੀ ਸਤਹ ਨਾਲ ਰਗੜਿਆ ਜਾਂਦਾ ਸੀ ਤਾਂ ਰਗੜ ਦੀ ਗਰਮੀ ਕਾਰਨ ਸਫੇਦ ਫਾਸਫੋਰਸ ਕਿਰਿਆ ਜਾਂਦਾ ਸੀ ਬਲਣ ਲੱਗ ਪੈਂਦਾ ਸੀ ਇਸੇ ਨਾਲ ਮਾਚਿਸ ਦੀ ਤੇਲੀਆਂ ਜਿਹੜੀ ਬਲਣੀ ਸ਼ੁਰੂ ਹੋ ਜਾਂਦੀ ਸੀ ਹੁਣ ਅੱਗੇ ਪਰੰਤੂ ਸਫੇਦ ਫਾਸਫੋਰਸ ਫੋਰਸ ਵਿੱਚ ਮਾਚਿਸ ਉਦਯੋਗ ਵਿੱਚ ਕੰਮ ਕਰਨ ਵਾਲੇ ਅਤੇ ਮਾਚਿਸ ਦੀ ਵਰਤੋਂ ਕਰਨ ਵਾਲੇ ਦੋਹਾਂ ਦੇ ਲਈ ਹੀ ਕੀ ਸੀਗਾ ਖਤਰਨਾਕ ਸੀ ਜਿਆਦਾ ਖਤਰਨਾਕ ਕੀ ਬਣ ਗਿਆ ਸੀਗਾ ਸਫੇਦ ਫਾਸ ਫੋਰਸ ਹੈ ਜਿਹੜਾ ਜਿਆਦਾ ਖਤਰਨਾਕ ਬਣ ਗਿਆ ਸੀ ਅੱਜ ਕੱਲ ਸੁਰੱਖਿਆ ਮਾਚਿਸ ਦੇ ਸਿਰੇ ਉੱਤੇ ਸਿਰਫ ਕੀ ਲਗਾਇਆ ਜਾਂਦਾ ਹੈ ਜਿਹੜੀ ਅੱਜ ਕਨ ਆਪਾਂ ਮਾਚਿਸ ਵਰਤਦੇ ਹਾਂ ਉਸ ਤੇ ਕੀ ਲਗਾਇਆ ਜਾਂਦਾ ਹੈ ਐਂਟੀਮੋਨੀ ਟ੍ਰਾਈਸਲਫਾਈਡ ਅਤੇ ਪੋਟਾਸ਼ੀਅਮ ਕੋਲੋਰੇਟ ਹੈ ਜਿਹੜਾ ਲਗਾਇਆ ਜਾਂਦਾ ਹੈ ਰਗੜਨ ਵਾਲੇ ਤਲੂਤੇ ਜਿਸ ਦੇ ਉੱਪਰ ਆਪਾਂ ਤਿੱਲੀ ਨੂੰ ਰਗੜਦੇ ਹਾਂ ਡੱਬੀ ਦੇ ਉੱਪਰ ਉਹਦੇ ਉੱਪਰ ਲਗਾਇਆ ਜਾਂਦਾ ਹੈ ਆਰਡਰ ਕਾਂਚ ਅਤੇ ਥੋੜਾ ਜਿਹਾ ਲਾਲ ਫਾਸਫੋਰਸ ਜਿਹੜਾ ਲਗਾਇਆ ਜਾਂਦਾ ਹੈ ਅਤੇ ਜਿਹੜਾ ਕਿ ਘੱਟ ਖਤਰਨਾਕ ਹੁੰਦਾ ਹੈ ਜਦੋਂ ਮਾਚਿਸ ਦੀ ਤਿੱਲੀ ਨੂੰ ਖੁਰਦੀ ਦੀ ਸਤ੍ਹਾ ਉੱਤੇ ਰਗੜਦੇ ਹਾਂ ਤਾਂ ਇਹ ਕੁਝ ਲਾਲ ਫਾਸਫੋਰਸ ਕਿਦੇ ਵਿੱਚ ਚੇਂਜ ਹੋ ਜਾਂਦਾ ਹੈ ਸਫੇਦ ਫਾਸਫੋਰਸ ਵਿੱਚ ਪਰਵਰਤਿਤਤਾ ਹੋ ਜਾਂਦਾ ਹੈ ਇਹੇ ਤੁਰੰਤ ਮਾਚਿਸ ਦੀ ਤਿੱਲੀ ਦੇ ਸਿਰੇ ਉੱਤੇ ਲੱਗੇ ਪੋਟਾਸ਼ੀਅਮ ক্লোਰੇਟ ਨਾਲ ਪ੍ਰਤੀਕਿਰਿਆ ਕਰਕੇ ਕਾਫੀ ਗਰਮੀ ਪੈਦਾ ਕਰਦਾ ਹੈ ਜਿਸ ਨਾਲ ਐਂਟੀਮੋਨੀ ਜਿਹੜਾ ਟਰਾਈਸਲਫਾਈਡ ਹੈ ਬਨਣਾ ਸ਼ੁਰੂ ਹੋ ਜਾਂਦਾ ਹੈ ਉਮੀਦ ਹੈ ਤੁਸੀਂ ਸਮਝ ਗਏ ਮਾਚਿਸ ਦਾ ਇਤਿਹਾਸ ਹੁਣ ਅੱਗੇ ਚੱਲਦੇ ਆਪਾਂ ਦੇਖੋ ਕੀ ਜਾਂਦਾ ਕਹਿੰਦਾ ਅਸੀਂ ਦੇਖਿਆ ਵੀ ਜਲਨਸ਼ੀਲ ਪਦਾਰਥ ਉਦੋਂ ਤੱਕ ਅੱਗ ਨਹੀਂ ਫੜਦੇ ਜਦੋਂ ਤੱਕ ਨਹੀਂ ਸਕਦੇ ਜਦੋਂ ਤੱਕ ਉਹ ਉਸ ਤਾਪਮਾਨ ਤੇ ਇਸ ਜਲਨ ਤਾਪਮਾਨ ਤੋਂ ਘੱਟ ਰਹਿੰਦਾ ਹੈ ਤਤ ਨਹੀਂ ਪਹੁੰਚਦੇ ਜਿਵੇਂ ਕਿ ਜਿਵੇਂ ਕਮਰੇ ਦੇ ਤਾਪਮਾਨ ਉਤੇ ਮਿੱਟੀ ਦਾ ਤੇਲ ਅਤੇ ਲੱਕੜੀ ਆਪਣੇ ਆਪ ਅੱਗ ਨਹੀਂ ਪੜਦੇ ਪਰੰਤੂ ਜਦੋਂ ਮਿੱਟੀ ਦੇ ਤੇਲ ਨੂੰ ਥੋੜਾ ਜਿਹਾ ਗਰਮ ਕਰ ਦਈਏ ਕਹੇ ਆ ਆਪਣੇ ਆਪ ਹੀ ਅੱਗ ਜਿਹੜਾ ਪਕੜ ਲੈਂਦਾ ਹੈ ਆਪਣੇ ਆਪ ਹੀ ਅੱਗ ਪਕੜ ਲੈਂਦਾ ਹੈ ਹਾਂਜੀ ਬੱਚਿਓ ਅੱਗੇ ਇੱਥੇ ਇੱਕ ਕਿਰਿਆ ਕਰੀ ਹੋਈ ਹੈ ਕਹਿੰਦਾ ਬਲਦੀ ਹੋਈ ਮੋਮਬਤੀ ਨਾਲ ਸਾਵਧਾਨੀ ਪੂਰਵਕ ਕੰਮ ਜਿਹੜਾ ਕਰਨਾ ਹੈ ਇੱਥੇ ਅਸੀਂ ਦੇਖੋ ਇੱਥੇ ਕਾਗਜ਼ ਦੇ ਕੀਪ ਬਣਾਏ ਤਾਂ ਕਿਹਦੇ ਕੀਪ ਬਣਾਏ ਨੇ ਕਾਗਜ਼ ਦੇ ਇੱਕ ਤਾਂ ਅਸੀਂ ਸਿੰਪਲ ਕਾਗਜ਼ ਲਿਆ ਸਿੰਪਲ ਕਾਗਜ਼ ਲਿਆ ਜਦੋਂ ਅਸੀਂ ਇਹਨੂੰ ਮੋਮਬਤੀ ਨੀਚੇ ਲੈ ਕੇ ਜਾਵਾਂਗੇ ਕਾਗਜ਼ ਨੂੰ ਤਾਂ ਕੀ ਕਰੇਗਾ ਅੱਗ ਆ ਜਿਹੜਾ ਫੜ ਲੇਗਾ ਕੀ ਕਰੇਗਾ ਅੱਗ ਫੜ ਲੇਗਾ ਔਰ ਇੱਕ ਦੇ ਵਿੱਚ ਅਸੀਂ ਪਾਣੀ ਪਾ ਲਵਾਂਗੇ ਜਿਸ ਦੇ ਵਿੱਚ ਅਸੀਂ ਪਾਣੀ ਪਾਵਾਂਗੇ ਕੀ ਇਹ ਕਾਗਜ਼ ਅੱਗ پکڑ ਲੇਗਾ ਨਹੀਂ ਇਹਦੇ ਵਿੱਚ ਉਲਟਾ ਕੀ ਹੋਏਗਾ ਪਾਣੀ ਹੈ ਜਿਹੜਾ ਗਰਮ ਹੋਣਾ ਸ਼ੁਰੂ ਹੋ ਜਾਏਗਾ ਕੀ ਹੋਏਗਾ ਪਾਣੀ ਜਿਹੜਾ ਗਰਮ ਹੋਣਾ ਸ਼ੁਰੂ ਹੋ ਜਾਏਗਾ ਇਹ ਪਾਣੀ ਕਿਵੇਂ ਗਰਮ ਹੋਣ ਲੱਗਿਆ ਕਾਗਜ਼ ਦੇ ਤਾਪਦੇ ਵਿੱਚ ਜਿਹੜੀ ਗਰਮੀ ਸੀ ਉਹ ਕਿਸ ਵੀ ਤਰੀਕਾਹੀਂ ਚੱਲੀ ਚਾਲਣ ਵਿਧੀ ਦੁਆਰਾ ਚੱਲੀ ਜਿਸ ਨਾਲ ਪਾਣੀ ਜਿਹੜਾ ਸਾਡਾ ਗਰਮ ਹੋਣਾ ਸ਼ੁਰੂ ਹੋ ਗਿਆ ਇਸ ਲਈ ਕਹਿੰਦੇ ਪਾਣੀ ਦੀ ਹੋਂਦ ਵਿੱਚ ਗਰਮੀ ਕਾਗਜ਼ ਦੇ ਜਲਨ ਤਾਪਮਾਨ ਤੱਕ ਜਿਹੜੀ ਨਹੀਂ ਪਹੁੰਚ ਪਾਉਂਦੀ ਜਿਸ ਕਰਕੇ ਇਹ ਨਹੀਂ ਬਲਦਾ ਮੇਰੇ ਖਲ ਇੱਕ ਕਨਸੈਪਟ ਤੁਸੀਂ ਸਮਝ ਚੁੱਕੇ ਜਲਨ ਤਾਪਮਾਨ ਦਾ ਅੱਗੇ ਆਦਾ ਬੱਚਿਓ ਜਿੰਨਾ ਪਦਾਰਥਾਂ ਦਾ ਜਲਨ ਤਾਪਮਾਨ ਕਹਿੰਦਾ ਬਹੁਤ ਘੱਟ ਹੁੰਦਾ ਅਤੇ ਜਿਹੜੇ ਲਾਟ ਦੇ ਨਾਲ ਆਸਾਨੀ ਨਾਲ ਅੱਗ ਫੜ ਲੈਂਦੇ ਨੇ ਉਹ ਕਿਹੜੇ ਪਦਾਰਥ ਹੁੰਦੇ ਨੇ ਜਲਨਸ਼ੀਲ ਪਦਾਰਥ ਹੁੰਦੇ ਨੇ ਬਹੁਤ ਜ਼ਿਆਦਾ ਤਾਪਮਾਨ ਘੱਟ ਹੁੰਦਾ ਤੇ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਬੱਚਿਓ ਇਹ ਧਿਆਨ ਨਾਲ ਪੜ੍ਹ ਲੈਣਾ ਤੁਸੀਂ ਕਿ ਤਾਂ ਜਲਨ ਤਾਪਮਾਨ ਘੱਟ ਹੋਵੇ ਤੇ ਆਸਾਨੀ ਨਾਲ ਅੱਗ ਜਿਹੜੇ ਫੜ ਲੈਂਨ ਉਹ ਕਿਹੜੇ ਪਦਾਰਥ ਹੁੰਦੇ ਨੇ ਜਲਨਸ਼ੀਲ ਪਦਾਰਥ ਹੁੰਦੇ ਨੇ ਉਦਾਹਰਣ ਦੇ ਤੌਰ ਤੇ ਕਿਹੜੇ-ਕਿਹੜੇ ਪੈਟਰੋਲ ਐਲਕੋਹਲ ದ್ರਬਿਤ પેટ્રોલિયਮ ਗੈਸ ਹੈ ਜਿਸ ਨੂੰ ਅਸੀਂ LPG ਕਹਿੰਦੇ ਹਾਂ ਹਾਂਜੀ ਬੱਚਿਓ ਅੱਗੇ ਆਂਦਾ ਅਸੀਂ ਅੱਗ ਨੂੰ ਕਾਬੂ ਕਿਵੇਂ ਪਾ ਸਕਦੇ ਹਾਂ ਤਾਂ ਸਾਡੇ ਦਿਮਾਗ 'ਚ ਕੀ ਆਉਂਦਾ ਸਭ ਤੋਂ ਪਹਿਲਾਂ ਪਾਣੀ ਅਸੀਂ ਅੱਗ ਦੇ ਕਾਬੂ ਕਿਵੇਂ ਪਾ ਸਕਦੇ ਹਾਂ ਪਾਣੀ ਨਾਲ ਕਿਉਂਕਿ ਜਲਨਸ਼ੀਲ ਪਦਾਰਥਾਂ ਨੂੰ ਠੰਡਾ ਕਰਦਾ ਹੈ ਜਿਸ ਨਾਲ ਉਹਨਾਂ ਦਾ ਤਾਪਮਾਨ ਉਹਨਾਂ ਦੇ ਜਲਨ ਤਾਪਮਾਨ ਤੋਂ ਘੱਟ ਹੋ ਜਾਂਦਾ ਹੈ ਜਿਹਹ ਕਰ ਨਾਲ ਅੱਗ ਦਾ ਫੈਲਣਾ ਜਿਹੜਾ ਕਿਉਂ ਐਂ ਰੁਕ ਜਾਂਦਾ ਹੈ ਜਿਹੜੇ ਜਲਵਾਸ਼ਪ ਹੁੰਦੇ ਨੇ ਜਨਰਨਸ਼ੀਲ ਪਦਾਰਥਾਂ ਨੂੰ ਢੱਕ ਲੈਂਦੇ ਨੇ ਜਿਸ ਨਾਲ ਹਵਾ ਦੀ ਸਪਲਾਈ ਕੀ ਹੋ ਜਾਂਦੀ ਹੈ ਬੰਦ ਹੋ ਜਾਂਦੀ ਹੈ ਅਤੇ ਅੱਗੇ ਜਿਹੜੀ ਬੁਝ ਜਾਂਦੀ ਹੈ ਇਹ ਤਾਂ ਹੋ ਗਿਆ ਬੱਚਿਓ ਪਾਣੀ ਵਾਲਾ ਕਨਸੈਪਟ ਹੁਣ ਇਹ ਦੇਖੋ ਅੱਗੇ ਆਂਦਾ ਵੀ ਇਹਦੇ ਲਈ ਕਿਹੜੀਆਂ-ਕਿਹੜੀਆਂ ਜ਼ਰੂਰਤਾਂ ਨੇ ਆਪਣਾ ਆਰਟੀਕਲ ਕੀ ਸੀਗਾ ਅਸੀਂ ਅੱਗ ਤੇ ਕਾਬੂ ਕਿਵੇਂ ਕਰਦੇ ਹਾਂ ਇਹਦੇ ਲਈ ਕਿਹੜੀਆਂ-ਕਿਹੜੀਆਂ ਜ਼ਰੂਰਤਾਂ ਹੁੰਦੀਆਂ ਨੇ ਅਗਲੇ ਹੀ ਇੱਕ ਤਾਂ ਦੇਖੋ ਬਾਲਾਂ ਦੀ ਲੋੜ ਪੈਂਦੀ ਹੈ ਇੱਕ ਹਵਾ ਦੀ ਔਰ ਇੱਕ ਗਰਮੀ ਦੀ ਜਿਸ ਤਾਪਮਾਨ ਦੇ ਉੱਪਰ ਇਹ ਬਲਣਾ ਸ਼ੁਰੂ ਕਰਦਾ ਹੈ ਜੇ ਹੁਣ ਇਹਨਾਂ ਤਿੰਨਾਂ ਵਿੱਚੋਂ ਆਪਾਂ ਇੱਕ ਦਾ ਸੰਪਰਕ ਕੱਟ ਦਈਏ ਮੰਨ ਲਓ ਹਵਾ ਦਾ ਸੰਪਰਕ ਕੱਟ ਦਈਏ ਕੀ ਅੱਗ ਲੱਗੇਗੀ ਬਿਲਕੁਲ ਵੀ ਨਹੀਂ ਲੱਗ ਸਕਦੀ ਜਿਸ ਪਦਾਰਥ ਨੂੰ ਅੱਗ ਲਗਾਣੀ ਹੈ ਜੇ ਉਹ ਹੀ ਨਾ ਹੋਵੇ ਤਾਂ ਵੀ ਨਹੀਂ ਅੱਗ ਲੱਗ ਸਕਦੀ ਅਤੇ ਜਿਸ ਤਾਪਮਾਨ ਤੇ ਇਹ ਅੱਗ ਪਕੜਦਾ ਹੈ ਉਹ ਤਾਪਮਾਨ ਹੀ ਨਾ ਦਿੱਤਾ ਜਾਵੇ ਤਾਂ ਵੀ ਅੱਗ ਇਹ ਨਹੀਂ ਪਕੜ ਸਕਦਾ ਹਾਂਜੀ ਬੱਚਿਓ ਅੱਗੇ ਆਂਦਾ ਹੈ ਤੁਸੀਂ ਇਸ ਤਰ੍ਹਾਂ ਦੇ ਜੰਤਰ ਨੇ ਜਿਹੜੇ ਆਮ ਤੌਰ ਤੇ ਦੇਖੇ ਆਉਣਗੇ ਜਿਨ੍ਹਾਂ ਨੂੰ ਕਿਹੜੇ ਜੰਤਰ ਬੋਲਿਆ ਜਾਂਦਾ ਹੈ ਅੱਗ ਬੁਝਾਊ ਜੰਤਰ ਕੀ ਅਸੀਂ ਸਾਰੇ ਕੀਤੀ ਜੇ ਅੱਗ ਬੁਝਾਣੀ ਹੋਵੇ ਪਹਿਲੇ ਪਾਣੀ ਦਾ ਇਸਤੇਮਾਲ ਕਰ ਸਕਦੇ ਆ ਨਹੀਂ ਅਸੀਂ ਬਿਜਲੀ ਦੇ ਜਿਵੇਂ ਉਪਕਰਨ ਹੋਣ ਉੱਥੇ ਪਾਣੀ ਦਾ ਇਸਤੇਮਾਲ ਨਹੀਂ ਕਰ ਸਕਦੇ ਬਿਜਲੀ ਜੰਤਨਾ ਨੂੰ ਜੇ ਅੱਗ ਲੱਗ ਜਾਵੇ ਤਾਂ ਪਾਣੀ ਬਿਜਲੀ ਦਾ ਚਾਲਣ ਜਿਹੜਾ ਕਰ ਸਕਦਾ ਹੈ ਅਤੇ ਅੱਗ ਬੁਝਾਉਣ ਵਾਲਿਆਂ ਨੂੰ ਬਹੁਤ ਜ਼ਿਆਦਾ ਹਾਨੀ ਜਿਹੜੀ ਹੋ ਸਕਦੀ ਹੈ ਜੇ ਕਿਤੇ ਤੇਲ ਅਤੇ ਪੈਟਰੋਲ ਨਾਲ ਅੱਗ ਲੱਗੀ ਹੋਵੇ ਕਿ ਉੱਥੇ ਆਪਾਂ ਪਾਣੀ ਵਰਤ ਸਕਦੇ ਆ ਬਿਲਕੁਲ ਵੀ ਨਹੀਂ ਵਰਤ ਸਕਦੇ ਕਾਰਨ ਵੀ ਜਿਹੜੇ ਤੇਲ ਤੇ પેટ્રોલ ਹੁੰਦੇ ਨੇ ਹਲਕੇ ਹੁੰਦੇ ਨੇ ਉਲਟਾ ਇਹਦੇ ਨਾਲ ਤਾਂ ਕੀ ਹੋਏਗੀ ਅੱਗੇ ਜਿਹੜੀ ਵੱਧ ਜਾਵੇਗੀ ਕਿਉਂਕਿ ਪਾਣੀ ਜਿਹੜਾ ਭਾਰੀ ਹੁੰਦਾ ਉਹ ਨੀਚੇ ਜਿਹੜਾ ਚਲਾ ਜਾਂਦਾ ਹੈ ਤੇਲ ਉੱਤੇ ਜਿਹੜਾ ਬਲਦਾ ਰਹਿੰਦਾ ਹੈ ਤਾਂ ਇਸ ਦੇ ਲਈ ਅਸੀਂ ਅੱਗ ਬੁਝਾਊ ਜੰਤਰਾ ਦਾ ਜਿਹੜਾ ਉਪਯੋਗ ਕਰਦੇ ਆ ਇਹਨਾਂ ਅੱਗ ਬੁਝਾਊ ਜੰਤਰਾ ਵਿੱਚ ਕੀ ਹੁੰਦਾ ਸੋਡੀਅਮ ਬਾਈਕਾਰਬੋਨੇਟ ਹੁੰਦਾ ਜਾਂ ਬੇਕਿੰਗ ਸੋਡਾ ਜਾਂ ਪੋਟਾਸ਼ੀਅਮ ਬਾਈਕਾਰਬੋਨੇਟ ਹੁੰਦਾ ਜਦੋਂ ਇਹ ਅੰਦਰ ਐਸਟੀ ਕੈਸਟਰਨਾ ਕਿਰਿਆ ਕਰਦੇ ਨੇ ਤਾਂ ਬਹੁਤ ਜ਼ਿਆਦਾ ਮਾਤਰਾ ਵਿੱਚ ਕੀ ਪੈਦਾ ਕਰ ਦਿੰਦੇ ਨੇ ਕਾਰਬਨ ਡਾਈਆਕਸਾਈਡ ਗੈਸ ਪੈਦਾ ਕਰ ਦਿੰਦੇ ਨੇ ਹੁਣ ਤੁਸੀਂ ਦੇਖੋ ਅੱਗ ਲੱਗਣ ਲਈ ਕਿਸ ਦੀ ਲੋੜ ਪੈਂਦੀ ਹੈ ਆਕਸੀਜਨ ਦੀ ਲੋੜ ਪੈਂਦੀ ਹੈ ਹੁਣ ਆਪਾਂ ਇਸ ਦੇ ਉੱਪਰ ਛੜਕਾ ਕੇ ਦਿੱਤਾ ਦਰਤਾ ਕਾਰਬਨ ਡਾਈਆਕਸਾਈਡ ਦਾ ਤਾਂ ਕਾਰਬਨ ਡਾਈਆਕਸਾਈਡ ਨੇ ਕੀ ਕਰਨਾ ਹੈ ਆਕਸੀਜਨ ਦਾ ਸੰਪਰਕ ਜਿਹੜਾ ਜਲਣ ਨਾਲੋਂ ਕੱਟ ਦੇਣਾ ਤੇ ਸਾਡੀ ਅੱਗ ਜਿਹੜੀ ਉਹ ਆਸਾਨੀ ਨਾਲ ਬੁਝ ਜਾਈਗੀ ਹਾਂਜੀ ਬੱਚਿਓ ਅੱਗਾਂ ਦੇ ਜਲਣ ਦੀਆਂ ਕਿਸਮਾਂ ਇੱਥੇ ਵਿੱਚ ਸਾਡੇ ਕੋਲੇ ਦੋ ਤਰ੍ਹਾਂ ਦੇ ਕਿਸਮ ਹੁੰਦੇ ਨੇ ਇੱਕ ਹੁੰਦੇ ਨੇ ਤੀਬਰ ਬਲਣ ਔਰ ਇੱਕ ਹੁੰਦੇ ਨੇ ਸੁੱਤੇ ਸਿੱਧ ਬਲਣ ਦੇਖੋ ਬੱਚਿਓ ਕਹਿੰਦਾ ਗੈਸ ਤੇਜ਼ੀ ਨਾਲ ਬਲਣ ਲੱਗ ਪੈਂਦੀ ਹੈ ਅਤੇ ਗਰਮੀ ਅਤੇ ਪ੍ਰਕਾਸ਼ ਪੈਦਾ ਕਰਦੀ ਹੈ ਇਸ ਕਿਸਮ ਦਾ ਬਲਣਾ ਜਿਹੜਾ ਤੀਬਰ ਬਲਣਾ ਖੋਨਾ ਹੈ ਕਹਿੰਦਾ ਕਿ ਮਤਲਬ ਹੈ ਵੀ ਜਿਹੜੀ ਅਸੀਂ ਐਲਪੀਜੀ ਵਗੈਰਾ ਘਰੇ ਗਿਆਸਾ ਵਰਤਦੇ ਹਾਂ ਇਹ ਦੇਖੋ ਆਸਾਨੀ ਨਾਲ ਅੱਗ ਪਕੜ ਲੈਂਦੀ ਹੈ ਤੇ ਬਹੁਤ ਜ਼ਿਆਦਾ ਮਾਤਰਾ ਵਿੱਚ ਪ੍ਰਕਾਸ਼ ਵੀ ਪੈਦਾ ਕਰਦੀ ਹੈ ਗਰਮੀ ਵੀ ਕਰਦੀ ਹੈ ਇਸ ਨੂੰ ਕਿਹੜੇ ਭੋਲੇ ਆ ਜਾਂਦਾ ਹੈ ਤੀਬਰ ਬਲਣ ਜਿਹੜਾ ਆਖਿਆ ਜਾਂਦਾ ਹੈ ਹੁਣ ਕੁਝ ਬਲਣ ਇਸ ਤਰ੍ਹਾਂ ਦੇ ਹੁੰਦੇ ਨੇ ਜਿਨ੍ਹਾਂ ਨੂੰ ਜਿਹੜੇ ਕਮਰੇ ਦੇ ਤਾਪਮਾਨ ਤੇ ਹੀ ਆਪਣੇ ਆਪ ਅੱਗ ਪਕੜ ਲੈਂਦੇ ਨੇ ਜਿਵੇਂ ਕਿ ਫਾਸਫੋਰਸ ਆਪਣੇ ਆਪ ਹੀ ਅੱਗ ਪਕੜ ਲੈਂਦਾ ਹੈ ਕਹਿੰਦੇ ਇਸ ਕਿਸਮ ਦਾ ਬਲਣ ਜਿਸ ਵਿੱਚ ਪਦਾਰਥ ਬਿਨਾ ਕਿਸੇ ਪ੍ਰਤੱਖ ਕਾਰਨ ਦੇ ਅਚਾਨਕ ਲਪਟਾਂ ਦੇ ਨਾਲ ਬਲ ਪੈਂਦਾ ਹੈ ਆਪਣੇ ਆਪ ਹੀ ਜਿਹੜਾ ਬਲ ਪੈਂਦਾ ਹੈ ਉਹਨੂੰ ਕਿਹੜੇ ਬਲ ਆਂਦਾ ਹੈ ਸੁੱਤੇ ਸਿੱਧ ਬਲਣ ਕਿਹੜੇ ਬੋਲਿਆ ਜਾਂਦਾ ਹੈ ਸੁੱਤੇ ਸਿੱਧ ਬਲ ਹਾਂਜੀ ਅੱਗੇ ਆਂਦਾ ਬੱਚਿਓ ਕੰਨਸ ਇਤਿਹਾਨਾਂ ਦੇ ਅਕਸਰ ਆਤੀਸ਼ਵਾਜੀ ਕਰਦੇ ਆ ਜਦੋਂ ਪਟਾਕੇ ਨੂੰ ਜਲਾਉਂਦੇ ਆ ਤਾਂ ਅਚਾਨਕ ਪ੍ਰਤੀਕਿਰਿਆ ਜਿਹੜੀ ਹੋਣ ਨਾਲ ਕੀ ਪੈਦਾ ਹੁੰਦੀ ਹੈ ਗਰਮੀ ਪ੍ਰਕਾਸ਼ ਅਤੇ ਆਵਾਜ਼ ਹੈ ਜਿਹੜੀ ਪੈਦਾ ਹੁੰਦੀ ਹੈ ਪ੍ਰਤੀਕਿਰਿਆ ਵਿੱਚ ਬਣੀ ਇਹ ਗੈਸ ਬਹੁਤ ਜ਼ਿਆਦਾ ਮਾਤਰਾ ਵਿੱਚ ਨਿਕਲਦੀ ਹੈ ਇਸ ਤਰ੍ਹਾਂ ਦੀ ਪ੍ਰਤੀਕਿਰਿਆ ਕੀ ਖੋਂਦੀ ਹੈ ਵਿਸਫੋਟ ਖੋਂਦੀ ਹੈ ਕੀ ਖੋਂਦੀ ਹੈ ਵਿਸਫੋਟ ਕਹਿੰਦੇ ਆ ਪਟਾਕੇ ਉੱਤੇ ਦਬਾਅ ਪਉਣ ਨਾਲ ਵੀ ਵਿਸਫੋਟ ਜਿਹੜਾ ਹੋ ਸਕਦਾ ਹੈ ਉਮੀਦ ਹੈ ਤੁਸੀਂ ਸਮਝ ਗਏ ਵਿਸਪੋਰਟ ਕੀ ਹੈ ਅੱਗੇ ਆਂਦਾ ਹੈ ਬੱਚਿਓ ਤੁਹਾਡੇ ਕੋਲੇ ਸਾਰਨੀ ਹੈ ਤੁਸੀਂ ਇਹ ਕਰਕੇ ਦੇਖਣਾ ਹੈ ਵੀ ਇਹਨਾਂ ਵਿੱਚ ਕਿਹੜੇ ਪਦਾਰਥ ਲਾਟ ਦਿੰਦੇ ਨੇ ਔਰ ਕਿਹੜੇ ਪਦਾਰਥ ਲਾਟ ਨਹੀਂ ਦਿੰਦੇ ਹਾਂਜੀ ਅੱਗੇ ਬੱਚਿਓ ਆਪਣੇ ਕੋਲ ਆਂਦਾ ਹੈ ਕਹਿੰਦਾ ਜਲਣ ਦੇ ਸਮੇਂ ਜਿਹੜੇ ਬਾਲਣ ਬਾਸ਼ਪਿਤ ਹੁੰਦੇ ਹਨ ਉਹ ਲਾਟ ਦਾ ਨਿਰਮਾਣ ਜਿਹੜੇ ਕਰਦੇ ਨੇ ਜਿਹੜੇ ਬਾਲਣ ਕੀ ਕਰਦੇ ਨੇ ਬਾਸ਼ਪਿਤ ਹੁੰਦੇ ਨੇ ਕਿਹੜੇ-ਕਿਹੜੇ ਹੁੰਦੇ ਨੇ ਮਿੱਟੀ ਦਾ ਤੇਲ पिघली हुई मोमबत्ती एक ही करते ने बलण समय वाष्पित हो के नान नाल ऊपर उड़दे हन और लैंट ਦਾ ਨਿਰਮਾਣ ਜਿਹੜਾ ਕਰਦੇ ਹਨ ਇਸ ਦੇ ਉਲਟ ਕੀ ਹੈ ਜਿਹੜੀ ਲੱਕੜੀ ਹੈ ਲੱਕੜੀ ਦਾ ਕੋਨਾ वाष्पित ਨਹੀਂ ਹੁੰਦਾ ਜਿਸ ਕਰਕੇ ਉਸ ਦੇ ਵਿੱਚ ਕੋਈ ਲਾਂਟ ਪੈਦਾ ਨਹੀਂ ਹੁੰਦੀ ਅੱਗੇ ਆਂਦਾ ਬੱਚਿਓ ਇੱਕ ਕਿਰਿਆ ਹੈ ਜੇਕਰ ਨਾ मोमबत्ती ਦੇ ਉੱਪਰ ਆਪਾਂ ਇੱਕ ਕੰਚ ਦੀ ਪਲੇਟ ਜਾਂ ਸਲਾਈਡ ਉਪਰਕਿੇਤ ਸਨੂ ਇਸ ਤਰ੍ਹਾਂ ਦੇ ਜਿਹੜੇ ਕਾਰਬਨ ਦੇ ਕਣ ਨੇ ਜਿਹੜੇ ਦਿਖਾਈ ਦੇਣਗੇ ਇਹ ਰੰਗ ਕਾਲੇ ਰੰਗ ਦੇ ਇੱਕ ਛੱਲਾ ਬਣ ਜਾਏਗਾ ਇਹ ਕੀ ਹੁੰਦਾ ਹੈ ਇਹ ਲਾਣ ਦੇ ਕਹਿੰਦੇ ਦੀਪਤ ਖੇਤਰ ਵਿੱਚ ਉਪਸਥਿਤ ਕੀ ਹੁੰਦੇ ਨੇ ਬਿਨਾ ਜਲੇ ਕਾਰਬਨ ਦੇ ਕਣ ਹੁੰਦੇ ਨੇ ਉਹਨਾਂ ਦੇ ਜਮਾਨ ਨੂੰ ਇਹ ਦਰਸਾਉਂਦਾ ਹੈ ਇਸੇ ਤਰ੍ਹਾਂ ਇੱਕ ਪਤਲੀ ਲੰਮੀ ਤਾਰ ਇੱਕ ਪਤਲੀ ਲੰਮੀ ਤਾਰ ਜਦੋਂ ਆਪਾਂ ਮੋਮਬਤੀ ਕੋਲੇ ਲੈ ਕੇ ਜਾਵਾਂਗੇ ਤਾਂ ਇਹ ਕੀ ਹੋ ਜਾਏਗਾ ਉਸ ਸਮੇਂ ਬਾਦ ਕੀ ਹੋ ਜਾਏਗਾ ਲਾਲ ਅਤੇ ਗਰਮੇ ਜਣਾ ਹੋ ਜਾਏਗਾ ਇੱਕ ਹੀ ਦਖਾਉਂਦਾ ਹੈ ਲਾਟ ਦੀ ਅਧਿਪਤ ਖੇਤਰ ਵਿੱਚ ਜਿਹੜਾ ਤਾਪਮਨ ਬਹੁਤ ਜ਼ਿਆਦਾ ਹੁੰਦਾ ਉਸ ਨੂੰ ਇਹ ਦਰਸਾਉਂਦਾ ਹੈ ਹੁਣ ਦੇਖੋ ਜਿਹੜਾ ਲਾਟ ਦਾ ਬਾਹਰਲਾ ਭਾਗ ਹੁੰਦਾ ਹੈ ਬਾਹਰਲਾ ਭਾਗ ਹੁੰਦਾ ਹੈ ਇਹ ਸੁਨਿਆਰੇ ਨੇ ਜਿਹੜੇ ਸਾਡੇ ਵਰਤਦੇ ਨੇ ਕਿਸ ਵਾਸਤੇ ਸੋਨੇ ਅਤੇ ਚਾਂਦੀ ਨੂੰ ਤਬਦਲਣ ਦੇ ਲਈ ਸੁਨਿਆਰੇ ਤਾਂ ਦੀ ਫੁਗਣੀ ਨਾਲ ਫੁਗਣੀ ਨਾਲ ਲਾਟ ਦੇ ਸਭ ਤੋਂ ਬਾਹਰਲੇ ਭਾਗ ਨੂੰ ਕੀ ਕਰਦੇ ਨੇ ਫੂਕਦੇ ਹਨ ਅਤੇ ਨਾਟ ਦੇ ਸਭ ਤੋਂ ਬਾਹਰਲੇ ਭਾਗ ਦੀ ਬਰਤਨ ਕਿਉਂ ਕਰਦੇ ਨੇ ਹੁਣੀ ਦੱਸਿਆ ਤੁਹਾਨੂੰ ਕਿਉਂਕਿ ਬਾਹਰਲਾ ਜਿਹੜਾ ਭਾਗ ਹੁੰਦਾ ਬਹੁਤ ਜ਼ਿਆਦਾ ਗਰਮ ਹੁੰਦਾ ਹੈ ਜਿਸ ਨਾਲ ਜਿਹੜੀ ਵੀ ਚੀਜ਼ ਉਹ ਪਿਘਲਾਨਾ ਚਾਹੁੰਦੇ ਨੇ ਉਹ ਆਸਾਨੀ ਨਾਲ ਪਿਗਲ ਜਾਂਦੀ ਹੈ ਅੱਗੇ ਆਦਾ ਬੱਚੋ ਬਾਲਣ ਕੀ ਹੈ ਕੀ ਹੈ ਬਾਲਣ ਕੀ ਹੈ ਹੁਣ ਆਪਾਂ ਨੇ ਸਟਾਰਟਿੰਗ 'ਚ ਹੀ ਪੜਿਆ ਸੀ ਘਰੇਲੂ ਅਤੇ ਉਦਯੋਗਿਕ ਬਰਤਨ ਲਈ ਜਿਹੜੇ ਪਦਾਰਥ ਗਰਮੀਆਂ ਤੇ ਊਰਜਾ ਆਪਣੇ ਕੋਲੇ ਪੈਦਾ ਕਰਦੇ ਨੇ ਪ੍ਰਕਾਸ਼ ਪੈਦਾ ਕਰਦੇ ਨੇ ਉਹ ਕੀ ਹੁੰਦੇ ਨੇ ਬਾਲਣ ਹੁੰਦੇ ਨੇ ਜਿਵੇਂ ਕਿ ਲੱਕੜੀ ਲੱਕੜੀ ਦਾ ਕੋਲਾ ਔਰ ਕਿਸੇ ਆਪਣੇ ਕੋਲੇ પેટ્રોલ ਮਿੱਟੀ ਦਾ ਤੇਲ ਇਹ ਸਾਰੇ ਪਦਾਰਥ ਕੀ ਹੁੰਦੇ ਨੇ ਬਲਣ ਅਖਵਾਉਂਦੇ ਹਨ ਵਧੀਆ ਬਲਣ ਕਿਹੜੇ ਹੁੰਦੇ ਨੇ ਜਿਹੜੇ ਆਸਾਨੀ ਨਾਲ ਉਪਲਬਧ ਹੋ ਜਾਂਦੇ ਨੇ ਸਸਤੇ ਹੁੰਦੇ ਨੇ ਅਤੇ ਹਵਾ ਵਿੱਚ ਦਰਮਿਆਨੀ ਧਰਨਾਂ ਆਸਾਨੀ ਨਾਲ ਬਲ ਪੈਂਦੇ ਨੇ ਇਹ ਕਾਫੀ ਮਾਤਰਾ ਵਿੱਚ ਗਰਮੀ ਇਹ ਜਿਹੜੀ ਪੈਦਾ ਕਰਦੇ ਨੇ ਇਹ ਬਲਣ ਤੋਂ ਬਾਅਦ ਕੋਈ ਵੀ ਬੇਲੋੜਾ ਪਦਾਰਥ ਨਹੀਂ ਛੱड़ਦੇ ਬਹੁਤ ਹੀ ਇੰਪੋਰਟੈਂਟ ਇਹ ਆਰਟੀਕਲ ਹੈ ਇਸ ਨੂੰ ਤੁਸੀਂ ਅੰਡਰਲਾਈਨ ਕਰ ਲੈਣਾ ਜਾਂ ਦੀ ਤਾਪੀ ਦੇ ਉੱਪਰ ਨੋਟ ਕਰ ਲੈਣਾ ਅੱਗੇ ਵਿੱਚ ਹੁੰਦਾ ਹੈ ਬਾਲਣ ਜੋਗਤਾ ਹੁਣ ਇੱਥੇ ਆ ਲਿਆ ਕਿਸੇ ਬਾਲਣ ਦੇ 1 ਕਿਲੋਗ੍ਰam ਨੂੰ ਪੂਰਨ ਜਲਾਉਣ ਤੋਂ ਉਪਜਿਤ ਕਰਨੀ ਊਰਜਾ ਦੀ ਮਾਤਰਾ ਉਸ ਦਾ ਕੈਲੋਰੀ ਮੁੱਲ ਜਿਹੜਾ ਅਖਵਾਉਂਦੀ ਹੈ ਜਦੋਂ 1 ਕਿਲੋਗ੍ਰam ਬਾਲਣ ਨੂੰ ਆਪਾਂ ਜਲਾਣੇ ਹਾਂ ਉਸ ਤੋਂ ਜਿਹੜੀ ਊਰਜਾ ਉਤਪੰਨ ਹੁੰਦੀ ਹੈ ਉਹ ਉਸ ਦਾ ਕੀ ਅਖਵਾਉਂਦੀ ਹੈ ਕੈਲੋਰੀ ਮੁੱਲ ਅਖਵਾਉਂਦੀ ਹੈ ਕੈਲੋਰੀ ਮੁੱਲ ਨੂੰ ਕਿਸ ਵਿੱਚ ਮਾਪਿਆ ਜਾਂਦਾ ਹੈ ਕਿਲੋ ਜੂਲ ਪ੍ਰਤੀ ਕਿਲੋ ਗ੍ਰam ਕਿਸ ਵਿੱਚ ਮਾਪਿਆ ਜਾਂਦਾ ਹੈ ਕਿਲੋ ਜੂਲ ਪ੍ਰਤੀ ਕਿਲੋ ਗ੍ਰam ਹਾਂਜੀ ਇੱਕ ਸਾਡੇ ਕੋਲੇ ਟੇਬਲ ਵੀ ਬਣਿਆ ਹੋਇਆ ਹੈ ਇਸ ਨੂੰ ਤੁਸੀਂ ਪੜ੍ਹ ਸਕਦੇ ਹੋ ਕਹਿੰਦਾ ਵੀ ਕੈਲੋਰੀ ਮੁੱਲ ਕਿੰਨਾ ਹੈਗਾ ਜਿਵੇਂ ਗੋਬਰ ਦੀ ਪਾਚੀ ਦਾ ਕੈਲੋਰੀ ਮੁੱਲ ਕਿੰਨਾ ਹੈ 6000 ਤੋਂ ਲੈ ਕੇ 8000 ਤੱਕ ਲੱਕੜੀ ਦਾ ਕਿੰਨਾ ਹੈ 17000 ਤੋਂ ਲੈ ਕੇ 22000 ਤੱਕ ਕੋਲੇ ਦਾ ਕਿੰਨਾ ਹੈ 25000 ਤੋਂ ਲੈ ਕੇ 33000 ਤੱਕ ਪੈਟਰੋਲ ਦਾ ਕਿੰਨਾ ਹੈ ਪੈਟਰੋਲ ਮਿੱਟੀ ਦਾ ਤੇਲ ਡੀਜ਼ਲ ਮੀਥੇਨ ਇਹ ਸਾਰੇ ਦਾ ਲਗਭਗ 45000 ਤੋਂ ਲੈ ਕੇ 55000 ਤੱਕ ਚੱਲ ਲੈ ਦੇਖੋ ਸਭ ਤੋਂ ਵੱਧ ਇੱਥੇ ਆਪਣੇ ਕੋਲ ਕੀ ਦਾ ਚੱਲ ਰਿਹਾ ਹੈ ਐਲ ਪੀ ਜੀ ਕਿੰਨਾ 55000 ਉਸ ਤੋਂ ਬਾਅਦ ਨਾਲ ਜੀਵ ਗੈਸ ਜਿੰਨਾ ਦਾ 35000 ਤੋਂ ਲੈ ਕੇ 40000 ਅੱਗੇ ਆਂਦਾ ਹਾਈਡਰੋਜਨ ਹਾਈਡਰੋਜਨ ਹੈ ਦੇਖੋ ਕਿੰਨਾ ਆ ਰਿਹਾ ਆਪਣੇ ਕੋਲੇ 150000 ਹਾਂਜੀ ਬੱਚਿਓ ਅੱਗੇ ਆਂਦਾ ਕਿੰਨਾ ਬਾਲਣ ਦੇ ਜਲਣ ਨਾਲ ਹਾਨੀਕਾਰਕ ਉਪਜਾਂ ਨੇ ਜਿਹੜੀਆਂ ਪ੍ਰਾਪਤ ਹੁੰਦੀਆਂ ਨੇ ਜਦੋਂ ਆਪਾਂ ਬਾਲਣ ਨੂੰ ਅੱਗ ਲਗਾਉਂਦੇ ਆ ਤਾਂ ਕਈ ਕੰਨੇ ਹਾਨੀਕਾਰਕ ਉਪਜਾਂ ਜਿਹੜੀਆਂ ਪ੍ਰਾਪਤ ਹੁੰਦੀਆਂ ਨੇ ਜਿਵੇਂ ਕਿ ਉਦਾਹਰਨ ਦੇ ਤੌਰ ਤੇ ਜਦੋਂ ਲੱਕੜੀ ਕੋਲਾ ਅਤੇ ਪੈਟਰੋਲ ਵਰਗੇ ਕਾਰਬਨ ਬਾਲਣ ਅਣਜਲੇ ਕਾਰਬਨ ਕਣ ਨੇ ਜਿਹੜੇ ਛੱਡਦੇ ਨੇ ਜਦੋਂ ਇਹ ਬਲਦੇ ਨੇ ਤਾਂ ਕੀ ਛੱਡਦੇ ਨੇ ਕਾਰਬਨ ਕਣ ਨੇ ਜਿਹੜੇ ਇਹ ਛੱਡਦੇ ਨੇ ਇਹ ਸੂਖਮ ਕਣ ਹਾਨੀਕਾਰਕ ਹਾਨੀਕਾਰਕ ਪ੍ਰਦੂਸ਼ਕ ਹੁੰਦੇ ਨੇ ਜਿੰਨਾ ਨਾਲ ਜਮੇ ਵਰਗੀਆਂ ਸਾਧੀਆਂ ਬੁਵਾਲੀਆਂ ਨੇ ਜੜੀਆਂ ਹੋ ਸਕਦੀਆਂ ਹਨ ਅੱਛਾ ਬੱਚਿਓ ਹੋਰ ਹੈ ਜ ਜਦੋਂ ਇਹਨਾਂ ਵੱਲਣਾਂ ਦਾ ਪੂਰਣ ਵੱਲਣ ਹੁੰਦਾ ਹੈ ਮਤਲਬ ਪੂਰਣ ਤੌਰ ਤੇ ਨਹੀਂ ਬਲ ਬਲਦੇ ਤੰਨੇ ਚ ਕਿਹੜੀ ਗੈਸ ਨਿਕਲਦੀ ਹੈ ਕਾਰਬਨ ਮੋਨੋਆਕਸਾਈਡ ਗੈਸ ਹੈ ਜਿਹੜੀ ਨਿਕਲਦੀ ਹੈ ਜਿਹੜੀ ਕਿ ਬਹੁਤ ਜ਼ਿਆਦਾ અત્યੰਤ ਜ਼ਹਿਰੀਲੀ ਗੈਸ ਹੁੰਦੀ ਹੈ ਤੁਸੀਂ ਅਖਬਾਰਾਂ ਚ ਆਮ ਵੀ ਪੜ੍ਹਦੇ ਹੋਵਗੇ ਸਰਦੀਆਂ ਦੇ ਵਿੱਚ ਕਈ ਲੋਕ ਬੰਦੇ ਕਮਰੇ ਵਿੱਚ ਅੰਗਿੱਠੀ ਵਗੈਰਾ ਲਗਾ ਕੇ ਪਾ ਜਾਂਦੇ ਨੇ ਤੇ ਸਵੇਰ ਨੂੰ ਉਹਨਾਂ ਦੀ ਮੌਤ ਹੋ ਜਾਂਦੀ ਹੈ ਉਹਦਾ ਕਾਰਨ ਕੀ ਹੈ ਕੋਕਸਕਾਰ ਕਮਰੇ ਵਿੱਚ ਕਾਰਬਨ ਮੋਨੋਆਕਸਾਈਡ ਦੀ ਗੈਸ ਦੀ ਮਾਤਰਾ ਜਿਹੜੀ ਵੱਧ ਜਾਂਦੀ ਹੈ ਤੇ ਹਵਾ ਦਾ ਸੰਪਰਕ ਜਿਹੜਾ ਉੱਥੇ ਟੁੱਟ ਜਾਂਦਾ ਹੈ ਅੱਗੇ ਆਂਦਾ ਬੱਚਿਓ ਤੀਸਰਾ ਕਹਿੰਦਾ ਬਧੇਰੇ ਬਾਲਣਾਂ ਦੇ ਜਲਣ ਨਾਲ ਵਾਤਾਵਰਣ ਵਿੱਚ ਕਾਰਬਨ ਡਾਈਆਕਸਾਈਡ ਗੈਸ ਜਿਹੜੀ ਨਿਕਲਦੀ ਹੈ ਕਾਰਬਨ ਡਾਈਆਕਸਾਈਡ ਦੇ ਨਾਲ ਕੀ ਹੋ ਰਿਹਾ ਹੁੰਦਾ ਹੈ ਗਲੋਬਲ ਵਾਰਮਿੰਗ ਹੁੰਦੀ ਹੈ ਸਾਡੇ ਵਾਤਾਵਰਣ ਦਾ ਤਾਪਮਾਨ ਜਿਹੜਾ ਵਧਣਾ ਸ਼ੁਰੂ ਹੋ ਜਾਂਦਾ ਹੈ ਜੇ ਵਾਤਾਵਰਣ ਦਾ ਤਾਪਮਾਨ ਵਧ ਰਿਹਾ ਤਾਂ ਜਿਹੜੇ ਸਾਡੇ ਗਲੇਸ਼ੀਅਰਸ ਨੇ ਉਹਨਾਂ ਤੋਂ ਬਰਫ਼ ਜਿਹੜੀ ਪਿਗਲਣ ਲੱਗ ਜਾਂਦੀ ਹੈ ਤੇ ਜਿਸ ਦਿਨ ਸਮੁੰਦਰ ਦਾ ਜਲ ਸਤਾਰਾ ਜਿਹੜਾ ਵੱਧ ਜਾਂਦਾ ਹੈ ਨਾ ਜਿਸ ਦਿਨ ਨਾਲ ਜਿਹੜੇ ਸਾਡੇ ਤੱਟੀ ਖੇਤਰ ਨੇ ਜਿਨ੍ਹਾਂ ਦੇ ਲਵੇ ਸਮੁੰਦਰ ਲੱਗਦਾ ਹੈ ਉਹਨਾਂ ਵਿੱਚ ਹੜ੍ਹ ਹੜ੍ਹ ਨੇ ਜਿਹੜੇ ਆ ਜਾਂਦੇ ਨੇ ਅੱਗੇ ਆਉਂਦਾ ਬੱਚਿਓ ਕੋਲੇ ਅਤੇ ਡੀਜ਼ਲ ਦੇ ਜਲਨ ਨਾਲ ਕਿਹੜੀ ਗੈਸ ਪੈਦਾ ਹੁੰਦੀ ਹੈ ਸਲਫਰ ਡਾਈਆਕਸਾਈਡ ਗੈਸ ਬਣਦੀ ਹੈ ਇਹ ਬਹੁਤ ਹੀ ਦਮਕੋਟੂਰ ਤੇ ਖੋਰਕ ਗੈਸ ਹੁੰਦੀ ਆ ਇਸ ਤੋਂ ਇਲਾਵਾ ਜਿਹੜੇ ਪੈਟਰੋਲ ਇੰਜਨ ਨੇ ਇਹ ਨਾਈਟ੍ਰੋਜਨ ਵਰਗੀਆਂ ਗੈਸਾਂ ਨੇ ਜਿਹੜੀਆਂ ਪੈਦਾ ਕਰਦੀਆਂ ਨੇ ਸਲਫਰ ਅਤੇ ਨਾਈਟ੍ਰੋਜਨ ਦੇ ਆਕਸਾਈਡ ਮੀਦੇ ਪਾਣੀ ਵਿੱਚ ਘੁਲ ਜਾਂਦੇ ਨੇ ਜਿਨ੍ਹਾਂ ਨਾਲ ਕਿਹੜੀ ਵਰਤਾਂ ਹੁੰਦੀ ਹੈ ਤੇਜਾਬੀ ਵਰਤਾਂ ਹੁੰਦੀ ਹੈ ਹੁਣ ਜਿਹੜੀ ਤੇਜਾਬੀ ਵਰਤਾਂ ਜਦੋਂ ਹੋਏਗੀ ਤਾਂ ਕੀ ਨੁਕਸਾਨ ਕਰਗੀ ਸਾਡੀਆਂ ਫਸਲਾਂ ਇਮਾਰਤਾਂ ਤੇ ਮਿੱਟੀ ਲਈ ਇਹ ਜਿਹੜੀ ਬਹੁਤ ਜ਼ਿਆਦਾ ਖਤਰਨਾਕ ਹੁੰਦੀ ਹੈ ਅੱਗੇ ਬੱਚਿਓ ਆਨ ਲੈ ਸੀ ਐਨ ਜੀ ਸੀ ਐਨ ਜੀ ਸੀ ਐਨ ਜੀ ਕੀ ਹੁੰਦੀ ਹੈ ਨਪੀੜਿਤ ਪ੍ਰਕਿਰਤੀ ਗੈਸ ਹੁੰਦੀ ਆ ਇਸ ਵਿੱਚ ਵੀ ਸਲਫਰ ਅਤੇ ਨਾਈਟ੍ਰੋਜਨ ਆਕਸਾਈਡ ਤੱਤਪਨ ਹੁੰਦੇ ਨੇ ਪਰ ਉਹਨੇ ਨਹੀਂ ਹੁੰਦੇ ਇਕਦਸਾ ਸਾਮਸutra ਬੱਲਣ ਜਿਹੜਾ ਖਿਲਾਇਆ ਜਾਂਦਾ ਹੈ ਬੱਚਿਓ ਅੱਜ ਦੇ ਚੈਪਟਰ ਚ ਅਸੀਂ ਕੀ ਕੀ ਸਿੱਖਿਆ ਇਹਦੇ ਵਿੱਚ ਅਸੀਂ ਸਿੱਖਿਆ ਜਿਹੜੇ ਪਦਾਰਥਾਂ ਹਵਾ ਵਿੱਚ ਬਲਦੇ ਨੇ ਉਹ ਜਲਨਸ਼ੀਲ ਪਦਾਰਥ ਹੁੰਦੇ ਨੇ ਦੂਸਰਾ ਜਲਣ ਦੇ ਲਈ ਆਕਸੀਜਨ ਬਹੁਤ ਜ਼ਿਆਦਾ ਜ਼ਰੂਰਤ ਹੈ ਤੀਸਰਾ ਜਲਣ ਦੀ ਕਿਰਿਆ ਵਿੱਚ ਗਰਮੀ ਅਤੇ ਪ੍ਰਕਾਸ਼ ਜਿਹੜਾ ਪੈਦਾ ਹੁੰਦਾ ਹੈ ਚੌਥਾ ਜਲਨ ਤਾਪਮਾਨ ਉਹ ਘੱਟ ਤੋਂ ਘੱਟ ਤਾਪਮਾਨ ਹੈ ਜਿਸ ਤੇ ਜਲਨਸ਼ੀਲ ਪਦਾਰਥਾਂ ਜਿਹੜਾ ਅੱਗ ਫੜ ਲੈਂਦਾ ਹੈ ਅੱਗੇ ਜਲਨਸ਼ੀਲ ਪਦਾਰਥ ਦਾ ਜਲਨਤਾ ਮਾਨ ਬਹੁਤ ਹੀ ਘੱਟ ਹੁੰਦਾ ਹੈ ਅੱਗੇ ਅੱਗ ਪੈਦਾ ਕਰਨ ਲਈ ਜ਼ਰੂਰਤਾਂ ਵਿੱਚੋਂ ਇੱਕ ਜਾਂ ਵੱਧ ਨੂੰ ਹਟਾ ਕੇ ਅੱਗ ਦੇ ਕਾਬੂ ਜਿਹੜਾ ਪਾਇਆ ਜਾਂ ਸਕਦਾ ਹੈ ਹੁਣ ਆਪਾਂ ਨੇ ਪੜੀਆਂ ਸੀ ਤਿੰਨ ਅਵਸਥਾਵਾਂ ਅੱਜ ਹੀ ਪਾਠ ਚ ਪੜੀਆਂ ਸੀ ਤੁਸੀਂ ਦੇਖਣਾ ਵੀ ਉਹ ਕਿਹੜੀਆਂ-ਕਿਹੜੀਆਂ ਅਵਸਥਾਵਾਂ ਸੀ ਜਿਨ੍ਹਾਂ ਦਾ ਜ਼ਿਕਰ ਮੈਂ ਕਰਿਆ ਸੀ ਵੀ ਉਹਨਾਂ ਤਿੰਨਾਂ ਵਿੱਚ ਇੱਕ ਨੂੰ ਹਟਾ ਦਿਓ ਆਪਣੀ ਅੱਗ ਕੀ ਹੋ ਜੇਗੀ ਬੁਝੇਗੀ ਅੱਗੇ ਆ ਬੱਚਿਓ ਅੱਗ ਦੇ ਕਾਬੂ ਪਾਉਣ ਲਈ ਆਮ ਤੌਰ ਤੇ ਪਾਣੀ ਦੀ ਵਰਤੋਂ ਜਿਹੜੀ ਕੀਤੀ ਜਾਂਦੀ ਹੈ ਪਰantu ਬਿਜਲੀਬ ਕਰਨਾ ਤੇ ਤੇਲਾਂ ਵਿੱਚ ਲੱਗੀ ਅੱਗ ਨੂੰ ਕਾਬੂ ਕਰਨ ਲਈ ਪਾਣੀ ਦੀ ਵਰਤੋਂ ਨਹੀਂ ਕੀਤੀ ਜਾਂਦੀ। ਅੱਗੇ ਆਂਦਾ ਹੈ ਜਲਨ ਕਿਰਨ ਲਈ ਕਈ ਕਿਸਮਾਂ ਹੁੰਦੀਆਂ ਨੇ ਜਿਹੜੀਆਂ ਤੇਬਰ ਜਲਨ ਤੇ ਸੁੱਧੇ ਸਿੱਧੇ ਜਲਨ ਅਤੇ ਵਿਸਫੋਟ। ਅੱਗੇ ਵਿੱਚ ਮੋਮਬਤੀ ਦੇ ਲਾੜ ਦੇ ਤਿੰਨ ਖੇਤਰ ਮੰਨੇ ਜਾਂਦੇ ਨੇ ਕਿਹੜੇ-ਕਿਹੜੇ ਆਦੀਪਤ ਖੇਤਰ, ਦੀਪਤ ਖੇਤਰ ਅਤੇ ਜੋਤੀਹੀਨ ਖੇਤਰ। ਆਪਾਂ ਦੇਖ ਲੈਣੇ ਇੱਥੇ ਮੋਮਬਤੀ ਬਣੀ ਗਈ ਸੀ। हां देखो बच्चों ये चित्र भी तो बनाना बना आना चाहिए। ਤੁਹਾਡੇ ਪੇਪਰ ਵਿੱਚ ਇਹ ਚਿੱਤਰ ਪੱਕਾ ਹੀ ਆਏਗਾ। ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਇਸ ਦੀ ਪੂਰੀ ਪ੍ਰੈਕਟਿਸ ਕਰਨੀ ਹੈ। ਜਦੋਂ ਇੱਕ ਮੋਮਬਤੀ ਦੀ ਲਾਟ ਬਲਦੀ ਹੈ ਤਾਂ ਜਿਹੜਾ ਇਸ ਦਾ ਬਾਹਰੀ ਖੇਤਰ ਹੁੰਦਾ ਹੈ ਨੀਲਾ ਭਾਗ ਹੁੰਦਾ ਹੈ ਇੱਥੇ ਪੂਰਨ ਜਲਨ ਹੋ ਰਿਹਾ ਹੁੰਦਾ ਹੈ। ਉਹ ਜਿਹੜਾ ਇਸ ਦਾ ਮੱਧ ਭਾਗ ਹੁੰਦਾ ਹੈ ਪੀਲਾ ਭਾਗ ਹੁੰਦਾ ਹੈ ਇਸ ਵਿੱਚ ਅੰਸ਼ਿਕ ਜਲਨ ਹੋ ਰਿਹਾ ਹੁੰਦਾ ਹੈ। ਜਿਹੜਾ ਅੰਦਰਲਾ ਭਾਗ ਹੁੰਦਾ ਹੈ ਇਹ ਆਪਣੇ ਕੋਲੇ ਕਾਲਾ ਭਾਗ ਹੈ। ਇਸ ਦੇ ਵਿੱਚ ਬਿਨਾ ਜਲੀ ਮੋਮਬਤੀ ਦਾ ਸਭ ਤੋਂ ਵਿਚਲਾ ਖੇਤਰ ਜਿਹੜਾ ਮੰਨਿਆ ਜਾਂਦਾ ਹੈ ਇਹ ਘੱਟ ਗਰਮ ਹੁੰਦਾ ਹੈ ਅੱਗੇ ਜਿਹੜਾ ਮੱਧ ਭਾਗ ਹੈ ਇਹ ਇਹ ਮਤਲਬ ਕਿ ਜਿਹੜਾ ਬਲੈਕ ਭਾਗ ਹੈ ਇਹ ਸਭ ਤੋਂ ਘੱਟ ਗਰਮ ਜਿਹੜਾ ਪੀਲਾ ਭਾਗ ਹੈ ਘੱਟ ਗਰਮ ਔਰ ਜੋ ਨੀਲਾ ਖੇਤਰ ਹੈ ਉੱਪਰਲੇ ਪਾਸੇ ਇਹ ਕੀ ਹੁੰਦਾ ਸਭ ਤੋਂ ਗਰਮ ਭਾਗ ਜਿਹੜਾ ਹੁੰਦਾ ਹੈ ਹਾਂਜੀ ਬੱਚਿਓ ਅੱਗੇ ਆਂਦੇ ਆਪਣੇ ਕੋਲੇ ਪਾਡਰੀ ਸੀ ਆਪਾਂ ਅਦਰਸ਼ ਬਲਣ ਅਦਰਸ਼ ਬਲਣ ਕੀ ਹੁੰਦੇ ਨੇ ਜਿਹੜੇ ਸਸਤੇ ਹੋਣ ਆਸਾਨੀ ਨਾਲ ਉਪਲਬਧ ਹੋ ਜਾਣ ਆਸਾਨੀ ਨਾਲ ਬਲਣ ਲੱਗ ਜਾਣ ਔਰ ਆਸਾਨੀ ਨਾਲ ਬਹਿਣ ਯੋਗ ਹੋਣ ਇਹਨਾਂ ਦਾ ਕਲੋਰੀ ਮੁੱਲ ਵੀ ਕਿਹੋ ਜਿਹਾ ਹੋਣਾ ਚਾਹੀਦਾ ਹੈ ਉੱਚਾ ਹੋਣਾ ਚਾਹੀਦਾ ਹੈ ਅਜਿਹਿਆਂ ਕਿਸਾ ਨਾ ਛੱਡਣ ਜਿਹਨੀਆਂ ਵਾਤਾਵਰਣ ਨੂੰ ਦੂਸ਼ਿਤ ਕਰਦੀਆਂ ਹੋਣ ਬਲਣ ਦੀ ਯੋਗਤਾ ਤੇ ਮੁੱਲ ਆਪਸ ਵਿੱਚ ਵੱਖ ਨੇ ਜਿਹੜੇ ਹੋ ਸਕਦੇ ਨੇ ਅੱਗੇ ਆਂਦਾ ਬਲਣ ਯੋਗਤਾ ਨੂੰ ਕਲੋਰੀ ਮੁੱਲ ਨਾਲ ਪਰਦੇਸ਼ੀਤਾ ਜਿਹੜਾ ਕੀਤਾ ਜਾਂਦਾ ਹੈ ਜਿਸ ਦੀ ਇਕਾਈ ਕੀ ਹੈ ਕਿਲੋ ਜੂਲ ਪ੍ਰਤੀ ਕਿਲੋ ਗ੍ਰam ਅੱਗੇ ਆਂਦਾ ਬੱਚਿਓ ਹਵਾ ਵਿੱਚ ਅੰਜਲੀ ਜਿਹੜੇ ਕਾਰਬਨ ਕਰਮੇ ਖਤਰਨਾਕ ਹੁੰਦੇ ਨੇ ਖਤਰਨਾਕ ਪ੍ਰਦੂਸ਼ਕ ਹੁੰਦੇ ਨੇ ਅਤੇ ਸਾਂਵਰਗਿਯ ਬਿਮਾਰੀਆਂ ਨੇ ਜਿਹੜੇ ਪੈਦਾ ਕਰਦੇ ਨੇ ਅੱਗੇ ਆਂਦਾ ਬੱਚਿਓ ਬਲਣ ਦੇ ਅਧੂਰੇ ਬਲਣ ਨਾਲ ਜ਼ਹਿਰੀਲੀ ਕਾਰਬਨ ਮਨੋਕਸਾਈਡ ਗੈਸ ਜਿਹੜੀ ਬਣਦੀ ਹੈ ਅੱਗੇ ਆਂਦਾ ਬੱਚਿਓ ਹਵਾ ਵਿੱਚ ਕਾਰਬਨ ਡਾਈਆਕਸਾਈਡ ਦੀ ਬਦੀ ਮਾਤਰਾ ਗਲੋਬਲ ਵਾਰਮਿੰਗ ਦਾ ਕਾਰਨ ਜਿਹੜਾ ਬਣ ਜਾਂਦੀ ਹੈ ਅੱਗੇ ਆਂਦਾ ਬੱਚਿਓ ਕੋਲੇ ਡੀਜ਼ਲ ਅਤੇ ਪੈਟਰੋਲ ਦੇ ਬਲਣ ਨਾਲ ਪੈਦਾ ਸਲਫਰ ਅਤੇ ਨਾਈਟ੍ਰੋਜਨ ਆਕਸਾਈਡ ਨੇ ਜਿਹੜੇ ਤਿਆ ਵਰਤਾਈ ਇਹ ਵੀ ਪੈਦਾ ਕਰਦੇ ਨੇ ਜਿਹੜੀ ਕਿ ਫਸਲੀ ਮਾਰਤਾ ਤੇ ਮਿੱਟੀ ਦੇ ਲਈ ਬਹੁਤ ਜ਼ਿਆਦਾ ਖਤਰਨਾਕ ਹੁੰਦੀ ਹੈ। ਐਸੀ ਬੱਚਿਓ ਤੁਹਾਡਾ ਪਾਰਟ 1 ਇਸ ਵਿੱਚ ਆਪਾਂ ਚੈਪਟਰ ਨੂੰ ਹੈ ਜਿਹੜਾ ਪੜਿਆ ਹੈਗਾ। ਹੁਣ ਇਸ ਤੋਂ ਬਾਅਦ ਬੱਚਿਓ ਆਪਾਂ ਕਰਾਂਗੇ ਪਾਰਟ 2 ਜਿਸ ਵਿੱਚ ਆਪਾਂ ਅਭਿਆਸ ਦੇ ਪ੍ਰੇਸ਼ਨ ਵੀ ਦੁਹਰਾਈ ਕਰਾਂਗੇ। ਤਾਂ ਬੱਚਿਓ ਇਸ ਵੀਡੀਓ ਨਾਲ ਜੁੜੇ ਰਹੀਓ ਤੇ ਨਾਲ ਦੀ ਨਾਲ ਮੈਂ ਤੁਹਾਨੂੰ ਪਾਰਟ 2 ਵੀ ਕਰਵਾਉਂਗਾ। ਪਹਿਲਾਂ ਪਾਰਟ 1 ਕਰ ਤੁਸੀਂ ਚੰਗੀ ਤਰ੍ਹਾਂ ਸਮਝਣਾ ਆਵਦੀਆਂ ਕਿਤਾਬਾਂ ਖੋਲਣੀਆਂ ਨੇ ਤੇ ਇਹਨਾਂ ਨੂੰ ਪੜ੍ਹ ਕੇ ਤੁਸੀਂ ਇਹ ਜਿਹੜਾ ਦੇਖਣਾ ਹੈ ਹਾਂਜੀ ਬੱਚਿਓ ਜੇ ਤੁਹਾਨੂੰ ਅੱਜ ਇਹ ਟੌਪਿਕ ਸਮਝ ਆਇਆ ਹੈ ਤਾਂ ਇਸ ਵੀਡੀਓ ਨੂੰ ਬੱਧਤ ਬੱਧਤ ਤੁਸੀਂ ਕੀ ਕਰਨਾ ਹੈ ਲਾਈਕ ਕਰਨਾ ਹੈ ਤਾਂ ਕਿ ਮੈਨੂੰ ਵੀ ਆਪਣੀ ਮਿਹਨਤ ਦਾ ਜਿਹੜਾ ਪਤਾ ਲੱਗਦਾ ਰਹੇ ਇਸ ਵੀਡੀਓ ਨੂੰ ਬੱਧਤ ਬੱਧਤ ਸ਼ੇਅਰ ਕਰਨਾ ਹੈ ਤਾਂ ਕਿ ਬਾਕੀ ਬੱਚਿਆਂ ਦਾ ਵੀ ਜਿਹੜਾ ਫਾਇਦਾ ਹੁੰਦਾ ਰਹੇ ਜਿੰਨਾ ਬੱਚਿਆਂ ਨੇ ਹਲੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਉਹ ਇਸ ਨੂੰ ਸਬਸਕ੍ਰਾਈਬ ਕਰਨਗੇ ਤੇ ਇੱਥੇ ਜੋ ਬੈਲ ਆਈਕਨ ਦਾ ਬਟਨ ਹੈ ਇਸ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਨਾਲ ਦੀ ਨਾਲ ਮਿਲਦੀ ਰਹੇ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕਸ ਫॉर ਵਾਚਿੰਗ